ਜੀਖੀ ਮਸਲਾ ਹੈ ਡਾਕਟਰ ਸਾਹਿਬ ਪਿਛਲੇ ਨਾ ਤਿੰਨ ਦਿਨ ਮੈਂ ਦੱਸ ਰਹੀ ਆ ਬੁਹਾਰ ਹੈਗਾ ਸਿਰ ਪੀੜ ਹੋ ਰਹੀ ਗੋਡਿਆਂ 'ਚ ਮੇਰੀ ਇੰਨੀ ਦਰਦ ਹੈ ਘਰ 'ਚ ਇੰਨਾ ਕੰਮ ਹੁੰਦਾ ਇੰਨਾ ਕੰਮ ਹੁੰਦਾ ਕਦੀ ਅੱਬੂ ਤੋਂ ਇੰਨਾ ਦੀ ਅੰਮਾ ਸਾਹਿਬ ਅੰਮਾ ਨੂੰ ਕਦੀ ਇਹ ਚਾਹੀਦਾ ਕਦੀ ਉਹ ਚਾਹੀਦਾ ਕਦੀ ਇਹ ਬਣਾ ਦੋ ਉਹ ਬਣਾ ਦੋ ਮੈਂ ਉਹਨਾਂ ਦੇ ਕੰਮ ਕਰਾਂ ਇੰਨਾ ਤੇ ਕਦੇ ਕਿਤੇ ਕਿਤੇ ਕੰਮ ਕਰਾਂ ਉਤੋਂ ਜਿਹੜੀ ਕਮੇਟੀਆਂ ਦੀ ਅੱਗੇ ਰੋਜ਼ ਆ ਜਾਂਦੀ ਹੈ ਰੋਜ਼ ਆ ਜਾਂਦੀ ਮੈਂ ਕਮੇਟੀਆਂ ਦੀ ਗੱਲ ਦੱਸ ਰਹੀ ਹਾਂ ਇੱਕ ਮਿੰਟ ਤੁਸੀਂ ਸਬਰ ਤੇ ਕਰੋ ਮੈਂ ਤੁਹਾਨੂੰ ਆਪਣੇ ਸਿਰ ਪੀੜ ਦੀ ਵਜ੍ਹਾ ਦੱਸ ਰਹੀ ਹਾਂ ਆਪਣੇ ਗੋਡਿਆਂ ਦੇ ਦਰਦ ਦੀ ਵਜ੍ਹਾ ਦੱਸ ਰਹੀ ਹਾਂ ਇੰਨਾ ਕੰਮ ਕਰਦੇ ਉਹ ਕੀ ਮੈਂ ਕੰਮ ਕਰਾਂ ਮੇਰੇ ਗੋਡੇ ਐਨੇ ਦਰਦ ਕਰਦੇ ਮੈਂ ਦੱਸ ਰਹੀ ਹਾਂ ਨਾ ਇਹ ਮੇਰੇ ਕੋ ਟੁੜੀਆਂ ਨਹੀਂ ਜਾ ਰਹੀਆਂ ਮੈਂ ਆ ਰਹੀ ਸਾਂ ਤੇ ਰਿਕਸ਼ਾ ਗਾੜੀ ਕੋ ਸਮਝ ਨਹੀਂ ਲੱਗਦੀ ਵੀ ਸਿਰ 'ਚ ਮੇਰੀ ਇੰਨੀ ਕਿ ਦਰਦ ਮੈਂ ਸਿਰ ਫੜ ਗਈ ਤੂੰ ਸਾਰੇ ਦੇ ਸਿਰ 'ਚ ਦਰਦ ਤੇ ਮੇਰੀ ਵਜ੍ਹਾ ਤੇ ਸਭ ਤੋਂ ਵੱਡੇ ਐ ਲੱਗੇ ਨੇ ਐ ਉਹ ਤੇ ਐ ਹੁਣ ਅੰਨਾ ਦੀ ਅੰਮੀ ਇੰਨਾ ਤੱਕ ਕਦੀ ਐ ਕਰ ਤੋ ਕਦੀ ਉਹ ਕਰ ਤੋ ਕਦੀ ਉਹ ਕਰ ਮੈਂ ਕੀ ਕਰਾਂ ਕਿੱਥੇ ਕਿਤੇ ਜਾਵਾਂ ਘਰ ਦੀ ਸਫਾਈ ਕਰਾਂ ਬਾਹਰ ਨੂੰ ਵੇਖਾਂ ਅੰਨਾ ਨੂੰ ਵੇਖਾਂ ਕੀ ਮੈਂ ਕਰਾਂ ਮੈਨੂੰ ਕੁਝ ਸਮਝ ਨਹੀਂ ਆ ਰਹੀ ਮੈਂ ਉਹ ਤਾਂ ਜਿਹੜੀ ਕਮੇਟੀ ਪਾਉਣੀ ਉਹ ਤੇ ਕਮੇਟੀਆਂ ਦੇ ਉਹ ਤਾਂ ਮੈਂ ਦੱਸ ਨਹੀਂ ਹਾਂ ਕਮੇਟੀਆਂ ਦੀ ਰੋਜ਼ ਆ ਜਾਂਦੀ ਹੈ ਕਦੀ ਤੰਗ ਕਰਦੇ ਕਦੀ ਐ ਦੇ ਦੋ ਉਹ ਤੇ ਤਾਂ ਮੈਂ ਇਹਨਾਂ ਨੂੰ ਰੋਜ਼ ਕਹਿੰਦੀ ਤੇ ਐ ਫੇਰ ਮੈਂ ਕੋਲ ਲੜਦੇ ਨੇ ਮੈਂ ਕਿੰਨੂੰ ਜਾ ਕੇ ਕਹਾਂ ਇਹਨਾਂ ਦੀ ਮਾਂ ਨੂੰ ਕਹਾਂ ਤੇ ਉਹ ਕਹਿੰਦੇ ਨੇ ਆਪਣੇ ਬੰਦੇ ਨੂੰ ਦੱਸ ਬੰਦੇ ਨੂੰ ਦੱਸ ਬੰਦੇ ਨੂੰ ਦੱਸਾਂ ਤੇ ਬੰਦਾ ਇੱਕ ਮਿੰਟ ਮੈਂ ਦੱਸ ਰਹੀ ਹਾਂ ਤੇ ਉਹ ਕਮੇਟੀਆਂ ਦੀ ਸਟੋਰੀ ਸੁਣੋ ਰੋਜ਼ ਆ ਜਾਂਦੇ ਮੈਂ ਤੁਸੀਂ ਕੀ ਪਾਗਲ ਸਮਝਦੇ ਮੈਨੂੰ ਐ ਇਸ਼ਾਰਾ ਕੀ ਹੁੰਦਾ ਹੈ ਐ ਇਸ਼ਾਰਾ ਕੀ ਹੈ ਇਸ਼ਾਰਾ ਕਰਨ ਦੀ ਵਜ੍ਹਾ ਤਾਂ ਤੁਸੀਂ ਇਹਨਾਂ ਨੂੰ ਦੱਸੋ ਮੈਂ ਕਿ ਪਾਗਲ ਨਹੀਂ ਹਾਂ ਮੇਰੀ ਮੈਂ ਉਹ ਨਹੀਂ ਕੀ ਮੈਂ ਉਹ ਹੈ ਕਿ ਮੈਂ ਤੁਹਾਨੂੰ ਤੁਸੀਂ ਮੈਨੂੰ ਲੱਗਦਾ ਦੋਨੋਂ ਮੈਨੂੰ ਪਾਗਲ ਸਮਝਦੇ ਪਏ ਹੋ ਤੁਸੀਂ ਦੱਸ ਮੈਨੂੰ ਘਰ ਵੀ ਕੋਈ ਨਹੀਂ ਬੋਲਣ ਦਿੰਦਾ ਐ ਤੇ ਕੱਤੀ ਵੀ ਨਹੀਂ ਨਾ ਬੋਲਣ ਦੇ ਦੇਣਾ ਡਾਕਟਰ ਸਾਹਿਬ ਇਹ ਕੀ ਦੇ ਦੇ ਇਹ ਵੈਸੇ ਤੇ 200 ਰੁਪਏ ਦਾ ਮਿਲਦਾ ਹੈ ਲੇਕਿਨ ਮੇਰੀ ਫੀਸ 300 ਮਿਲਾ ਕੇ 500 ਹੈ ਡਾਕਟਰ ਸਾਹਿਬ ਤੁਸੀਂ 1000 ਫੜੋ ਤੁਸੀਂ ਤੇ ਲੰਬਾ ਸਹੀ ਗੱਲ ਕਰਦੇ ਤੂੰ ਚੰਗੇ ਹੋ ਗਿਆ ਉਹ ਮੇਰਾ ਭਾਈ ਹੈਲੋ ਨੋ 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 ਓ ਨੋ 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 ਨੋ